ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਆਪਣੇ ਯੂਟਿਊਬ ਅਤੇ ਫੇਸਬੁੱਕ ਪੇਜ ਦੇ ਉੱਪਰ। ਅੱਜ ਤੁਹਾਨੂੰ ਆਪਾਂ ਪੌਣੀ ਕਰਨੀ ਦੱਸਾਂਗੇ ਫੁੱਲ ਡਿਟੇਲ ਦੇ ਵਿੱਚ ਅਤੇ ਸੌਖੇ ਤਰੀਕੇ ਦੇ ਨਾਲ ਅਤੇ ਥੋੜ੍ਹੇ ਡਾਊਟ ਵੀ ਕਲੀਅਰ ਕਰਾਂਗੇ। ਪਹਿਲੀ ਤਾਂ ਗੱਲ, ਪੌਣੀ ਦੇ ਵਿੱਚ ਕੋਈ ਵੀ ਇੱਦਾਂ ਦਾ ਕੋਈ ਮੈਥਡ ਨਹੀਂ ਹੈਗਾ ਜਿਵੇਂ ਆਪਾਂ ਤੁਸੀਂ ਹੋਰ ਵੀ ਵੀਡੀਓ ਦੇਖਦੇ ਕੋਈ ਕਹਿੰਦਾ ਇਸ ਸਾਈਡ ਤੋਂ ਕਰਨੀ ਆ ਜਾਂ ਆਹ ਪਾਸਾ ਇੱਧਰ ਕਰਨਾ। ਇਹ ਬਹੁਤ ਸਿੰਪਲ ਚੀਜ਼ ਹੈ, ਇਹਨੂੰ ਆਪਾਂ ਸਿੰਪਲ ਹੀ ਬਣਾਇਆ ਅਤੇ ਸਿੰਪਲ ਹੀ ਰੱਖਾਂਗੇ। ਜਿਵੇਂ ਹੁਣ ਆਹ ਪੱਗ ਆ, ਇਹਦੀ ਆਪਾਂ ਤਹਿ ਖੋਲ ਲੈਣੀ ਆ। ਸਭ ਤੋਂ ਪਹਿਲਾਂ ਕੀ ਕਰਨਾ, ਤਹਿ ਖੋਲ ਕੇ ਜਿਹੜਾ ਵੀਰ ਪਾਣੀ ਲਾਉਂਦਾ ਪੱਗ ਨੂੰ ਉਹ ਪਾਣੀ ਲਾ ਲਿਓ, ਜਿਹੜੇ ਵੀਰ ਸੁੱਕੀ ਬੰਨਦੇ ਆ ਉਹ ਸੁੱਕੀ ਬੰਨ ਲਿਓ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਦੇਖੋ ਜਿਹੜੀ ਪੱਗ ਦੇ ਵਿੱਚ ਸਿਉਣ ਪਾਈ ਹੁੰਦੀ ਆ, ਆਪਾਂ ਪੱਗ ਨੂੰ ਸਿਉਣ ਤੋਂ ਫੜ ਲੈਣਾ, ਦੂਰੀ ਕਰ ਲੈਣਾ। ਹਾਂਜੀ, ਆਹ ਸਿਉਣ ਆ ਗਈ ਅਤੇ ਇੱਦਾਂ ਦੂਰੀ ਕਰਕੇ ਮੈਂ ਦੋ ਲੜ ਥੱਲੇ ਲਮਕਾ ਲੈਣੇ ਆ ਇਸ ਸਾਈਡ ਤੋਂ, ਚਾਹੇ ਆਪ ਫੜ ਲਓ ਜੇ ਇਕੱਲੇ ਪੌਣੀ ਕਰਦੇ ਹੋ, ਜੇ ਕੋਈ ਬੰਦਾ ਹੈਗਾ ਆਹ ਉਹਨੂੰ ਚੀਜ਼ ਫੜਾ ਦਿਉ ਅਤੇ ਇਹੀ ਚੀਜ਼ ਦਾ ਜਿਹੜਾ ਕੋਰਨਰ ਆ ਦੂਸਰੀ ਸਾਈਡ ਫੜ ਲਓ। ਅਤੇ ਕਈ ਵੀਰਾਂ ਦਾ ਕੀ ਹੁੰਦਾ ਕਿ ਜਿਵੇਂ 7.5 ਮੀਟਰ ਪੱਗ ਬੰਨਦੇ ਆ, ਕਦੇ ਕੀ ਹੁੰਦਾ ਲੜ ਪੂਰਾ ਆ ਜਾਂਦਾ, ਕਦੇ ਲੜ ਛੋਟਾ ਰਹਿ ਜਾਂਦਾ, ਇੱਥੇ ਰਹਿ ਜਾਂਦਾ, ਲੈਂਥ ਸੇਮ ਹੁੰਦੀ ਆ। ਉਹਦਾ ਕਾਰਨ ਕੀ ਹੁੰਦਾ, ਜਦੋਂ ਪੱਗ ਦੇ ਵਿੱਚ ਕਾਣ ਪੈ ਜਾਂਦੀ ਹੈ ਜਿਹਦੇ ਕਰਕੇ ਲੜ ਘੱਟ ਵੱਧ ਜਾਂਦਾ। ਹੁਣ ਆਹ ਦੇਖੋ ਮੈਂ ਸਿਉਣ ਤੋਂ 50 ਫੜ ਲਿਆ ਅਤੇ ਇਹਦੇ 'ਚ ਦੇਖੋ ਹੁਣ ਆਹ ਜਿਹੜੇ ਲੜ ਨੇ ਇਹ ਜੇ ਤਾਂ ਹੋਵੇ ਇੱਥੇ ਬਰਾਬਰ, ਇਹਦੇ ਫਿਰ ਤਾਂ ਸਮਝ ਲਓ ਜਿਹੜੇ ਪਾਸਿਓਂ ਤੁਸੀਂ ਮਰਜ਼ੀ ਪੂਣੀ ਕਰੋ ਇੱਕੋ ਜਿਹੇ ਪਾਸਿਓਂ ਇੱਕੋ ਜਿਹਾ ਲੜ ਆਊ। ਹੁਣ ਜਦ ਇਹਦੀ ਸਿਉਣ ਤੋਂ ਆਪਾਂ ਫੜ ਕੇ ਰੰਗ ਦੇਖਦੇ ਹਾਂ, ਥੱਲੇ ਵਾਲਾ ਜਿਹੜਾ ਪੱਲਾ ਇਹ ਵੱਡਾ, ਇਹੀ ਓਪੋਜ਼ਿਟ ਸਾਈਡ ਦੂਸਰਾ ਵੱਡਾ ਹੋਊ। ਆਪਾਂ ਵੱਡੇ ਲੜ ਤੋਂ ਪੂਣੀ ਕਰਾਂਗੇ ਕਿਉਂਕਿ ਆਪਾਂ ਨੂੰ ਲੜ ਜਿਹੜਾ ਚਾਹੀਦਾ ਵੱਡਾ। ਹੁਣ ਇਹ ਹੁਣ ਤੁਹਾਨੂੰ ਤਰੀਕਾ ਦੱਸਦਾ, ਜਦੋਂ ਵੀ ਕਿਤੇ ਬੰਨਣੀ ਆ ਪੱਗ ਇੱਕ ਸਿੰਗਲ ਗੱਠ ਇੱਦਾਂ ਰੱਖ ਲੈਣੀ ਆ, ਲੜ ਅੱਧਾ ਇੱਥੇ ਛੱਡ ਲੈਣਾ, ਟਾਈਟ ਕਰ ਲੈਣੀ ਆ ਪੂਰੀ। ਜੋੜ ਮੁਤਾਬਕ ਖਿੱਚ ਕੇ ਉਸ ਤੋਂ ਬਾਅਦ ਕੀ ਕਰਨਾ, ਪੱਲਾ ਫੜਨਾ ਇੱਕ, ਬਾਕੀ ਜਿਹੜੇ ਬੱਲੇ ਨੇ ਸਾਰੇ ਥੱਲੇ ਲੱਭ ਦੇਣੇ ਆ ਅਤੇ ਲਾਸਟ ਵਾਲਾ ਐਂ ਦੋ ਬੱਲੇ ਜੋੜ ਦੇਣੇ ਆ। ਇੱਥੇ ਕਈ ਵੀਰਾਂ ਮੈਂ ਗੱਠ ਮਾਰਦੇ ਆ, ਇਹਦਾ ਲੌਜਿਕ ਕੋਈ ਨਹੀਂ, ਇਹਦਾ ਬਸ ਇੰਨਾ ਕੁ ਕੰਮ ਹੁੰਦਾ ਮੈਂ ਖੜ ਕੇ ਪੱਗ ਬੰਨਦੇ ਹਾਂ, 5ਵੇਂ 6ਵੇਂ ਲੜਦਿਆਂ ਕਹਿ ਲੜ ਛੱਡਿਆ ਜਾਂਦਾ, ਤਾਂ ਜਿਹੜੀ ਆ ਪੂਣੀ ਥੱਲੇ ਖੁੱਲਦੀ ਨਹੀਂ, ਉਹਨੂੰ ਥੋੜ੍ਹੀ ਹੈਲਪ ਕਰਦਾ ਜਾਂ ਇੱਕ ਤਰ੍ਹਾਂ ਨਿਸ਼ਾਨੀ ਲਾ ਲੈਂਦਾ ਵੀ ਇਹ ਪਾਸਾ ਆਪਾਂ ਨਾ ਲਾਸਟ ਲੜ ਵਾਲੀ ਸਾਈਡ ਆਊਗਾ। ਹੁਣ ਇਸ ਤੋਂ ਬਾਅਦ ਸਿੰਪਲ ਇੱਕ ਪੱਲਾ ਫੜਿਆ, ਆਹ ਵਾਲਾ ਪੱਲਾ ਵਿੱਚ ਦੇਣਾ ਦੇ ਸਕਦੇ ਹੋ, ਨਾਲ ਰੱਖਣਾ ਤਾਂ ਵੀ ਇਹਦਾ ਨੁਕਸਾਨ ਕੋਈ ਨਹੀਂ ਕਿਉਂਕਿ ਸਿੰਗਲ ਪੱਲਾ। ਦੋ ਮੇਨ ਚੀਜ਼ ਆ, ਦੋ ਪੱਲੇ ਜੋੜੋ, ਜੋੜ ਕੇ ਥੋੜ੍ਹਾ ਜਿਹਾ ਝੜਕਾ ਮਾਰੋ ਜਿਹਦੇ ਨਾਲ ਕੀ ਆ ਮੋਟਾ ਕੱਪੜਾ ਇੱਥੇ ਬਹਿ ਜਾਵੇ, ਠੀਕ ਆ ਜੀ। ਇਸ ਤਰੀਕੇ ਨਾਲ ਚੜ੍ਹਾਈ ਇਹਦੀ ਤੁਸੀਂ ਇੱਕ ਗਿੱਠ ਤੱਕ ਲਿਜਾ ਸਕਦੇ ਹੋ। ਇੱਥੇ ਇੱਕ ਚੀਜ਼ ਦਾ ਹੋਰ ਬਹੁਤ ਵੀਰਾਂ ਡਾਊਟ ਹੁੰਦਾ ਕਿ ਆਪਾਂ ਕਿਹੜਾ ਲੜ ਜਿਹੜਾ ਮੂੰਹ ਵਿੱਚ ਫੜਨਾ ਜਾਂ ਕਿੱਧਰੋਂ ਸ਼ੁਰੂ ਕਰਨੀ। ਇੱਧਰੋਂ ਮੈਂ ਗੱਠ ਦਿੱਤੀ ਸੀ, ਇਹ ਪਾਸਾ ਮੇਰਾ ਲਾਸਟ ਲੜ ਵਾਲੀ ਸਾਈਡ ਜਾ ਸਕਦਾ ਅਤੇ ਇੱਧਰੋਂ ਮੈਂ ਸ਼ੁਰੂ ਕਰ ਸਕਦਾ। ਪੱਕਾ ਕੋਈ ਨਹੀਂ ਹੈਗਾ ਵੀ ਇੱਧਰੋਂ ਆਪਾਂ ਨਹੀਂ, ਜੇ ਇੱਧਰੋਂ ਵੀ ਸ਼ੁਰੂ ਕਰ ਸਕਦੇ ਹਾਂ। ਦੇਖੋ ਗੱਠ ਖੋਲਤੀ, ਮੇਨ ਆਪਣਾ ਕੀ ਹੋਣਾ ਚਾਹੀਦਾ ਤੁਹਾਨੂੰ ਮੈਂ ਦੱਸਦਾ। ਇਹ ਹੁਣ ਆਪਣੀ ਪੱਗ ਆ,
ਜਿਹੜਾ ਆਪਣਾ ਲਾੜਾ ਆਪਣਾ ਆਪਾਂ ਇਕੱਠਾ ਕੀਤਾ, ਦੇਖੋ ਇੱਦਾਂ ਪੋਣੀ ਸੀਗੀ ਆਪਣੀ, ਐਵੇਂ ਇਕੱਠੀ ਕਰੀ ਆਪਾਂ, ਆ ਦੋ ਪੱਲੇ ਜੋੜ ਕੇ ਜਦੋਂ ਪੱਗ ਸ਼ੁਰੂ ਕਰਨੀ ਆ, ਮੂੰਹ ਵਾਲਾ ਲੜ ਰੱਖ ਕੇ ਜਿਹੜੇ ਖੁੱਲ੍ਹਦੇ ਪਾਸੇ ਨੇ ਉਹ ਦੋ ਆਪਾਂ ਪੱਲੇ ਇਕੱਠੇ ਕਰੇ ਨੇ ਉਹ ਅੰਦਰ ਵਾਲੀ ਸਾਈਡ ਆਉਣੇ ਚਾਹੀਦੇ ਆ, ਆ ਦੇਖੋ ਬੰਦ ਪਾਸਾ ਬਾਹਰ ਆਉਣਾ ਚਾਹੀਦਾ, ਇਹ ਤਰੀਕਾ ਹੋਣਾ ਚਾਹੀਦਾ। ਚਾਹੇ ਤੁਸੀਂ ਦੂਸਰੀ ਸਾਈਡ ਤੋਂ ਜਿੱਧਰੋਂ ਪੋਣੀ ਇਕੱਠੀ ਕੀਤੀ ਆ ਜਾਂ ਜਿੱਧਰ ਨੂੰ ਕੀਤੀ ਆ, ਜਿੱਧਰੋਂ ਮਰਜ਼ੀ ਸ਼ੁਰੂ ਕਰੋ, ਬਸ ਤੁਹਾਡੇ ਜਿਹੜੇ ਪੱਲੇ ਇਕੱਠੇ ਕਰੇ ਨੇ ਖੁੱਲ੍ਹਦੇ ਉਹ ਅੱਖ ਵਾਲੀ ਸਾਈਡ 'ਤੇ ਬੰਦ ਪਾਸਾ ਬਾਹਰ ਹੋਣਾ ਚਾਹੀਦਾ। ਇਹ ਤਰੀਕੇ ਨਾਲ ਪੱਗ ਬੰਨੋਗੇ ਸੈੱਟ ਆਊਗੀ, ਕਦੇ ਵੀ ਪੋਣੀ ਨਹੀਂ ਘੁੰਮੂਗੀ। ਪੋਣੀ ਘੁੰਮਣ ਦਾ ਕਾਰਨ ਕੀ ਹੁੰਦਾ, ਜਦੋਂ ਇੱਥੇ ਆ ਕੇ ਲੜ ਬੰਦ ਪਾਸਾ ਥੱਲੇ ਆ ਜਾਂਦਾ ਖੁੱਲ੍ਹਦੇ ਉੱਪਰ ਰਹਿ ਜਾਂਦੇ ਆ, ਲੜ ਰੱਖਣ ਤੋਂ ਪਹਿਲਾਂ ਹੀ ਉਹ ਚੀਜ਼ ਦਾ ਧਿਆਨ ਰੱਖੋ। ਅਤੇ ਅੱਗੇ ਜਿਹੜੇ ਵੀਰ ਵੀਡੀਓ ਵੇਖਦੇ ਆ ਧੰਨਵਾਦ, ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਸ਼ੇਅਰ ਕਰ ਦਿਓ, ਧੰਨਵਾਦ।